ਵੱਡੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਤਵਾਦੀ ਹਰਵਿੰਦਰ ਰਿੰਦਾ ਦੇ ਉੱਤੇ ਜਿਹੜਾ 10 ਲੱਖ ਦਾ ਇਨਾਮ ਰੱਖਿਆ ਗਿਆ ਐਨਆਈਏ ਦੇ ਵੱਲੋਂ ਹੀ ਨਾਮ ਰੱਖਿਆ ਗਿਆ ਸੋ ਕਈ ਨੰਬਰ ਵੀ ਜੁੜੇ ਜਾਰੀ ਕੀਤੇ ਗਏ ਜਿਹੜਾ ਇਹਨਾਂ ਨੰਬਰਾਂ ਤੇ ਰਿੰਦਾ ਦੇ ਬਾਰੇ ਜਾਣਕਾਰੀ ਦਵੇਗਾ ਉਸ ਦਾ ਨਾਮ ਜਿਹੜਾ ਗੁਪਤ ਰੱਖਿਆ ਜਾਵੇਗਾ ਸੋ ਤੁਹਾਨੂੰ ਦੱਸਦੇ ਕਿ ਰਿੰਦਾ ਕਈ ਮਾਮਲਿਆਂ ਦੇ ਵਿੱਚ ਲੁੜਿੰਦਾ ਹੈ ਕਈ ਕਤਲ ਮਾਮਲਿਆਂ ਦੇ ਵਿੱਚ ਇਸ ਦਾ ਲਗਾਤਾਰ ਨਾਮ ਜਿਹੜਾ ਸਾਹਮਣੇ ਆ ਰਿਹਾ ਹੈ ਸੋ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 10 ਲੱਖ ਦਾ ਜਿਹੜਾ ਇਨਾਮ ਰੱਖਿਆ ਗਿਆ ਵੱਡਾ ਜਿਹੜਾ ਵਿਸ਼ਾਇਆ ਗਿਆ ਇਸ ਨੁੜਿੱਕੇ ਲੈਂਡ ਲਈ ਲਗਾਤਾਰ ਜਿਹੜਿਆ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਚੰਡੀਗੜ੍ਹ ਪੁਲਿਸ ਦੀ ਗੱਲ ਕਰੀ ਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਵੀ ਪਹਿਲਾਂ 50 ਹਜ਼ਾਰ ਦਾ ਰਿੰਦੇ ਦੇ ਉੱਤੇ ਇਨਾਮ ਰੱਖਿਆ ਗਿਆ ਤੇ ਹੁਣ ਜਿਹੜਾ NIA ਦੇ ਵੱਲੋਂ ਜਿਹੜਾ 10 ਲੱਖ ਦਾ ਇਨਾਮ ਰੱਖਿਆ ਗਿਆ ਇਸ ਵਕਤ ਰਿੰਦਾ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਤੇ ਪਾਕਿਸਤਾਨ ਦੇ ਵਿੱਚ ਬੈਠ ਕੇ ਵੱਡਾ ਨੈਟਵਰਕ ਚਲਾ ਰਿਹਾ ਤੇ ਲਗਾਤਾਰ ਵੱਡੀਆਂ ਸਾਜ਼ਾਂ ਨੂੰ ਅੰਜਾਮ ਜੜਾਇਆ ਇਸਤੇ ਵੱਲੋਂ ਦਿੱਤਾ ਜਾ ਰਿਹਾ ਸੋ ਕਿਹਾ ਜਾ ਰਿਹਾ ਕਿ ਜੋ 15 अगस्त ਨੂੰ ਵੱਡੀ ਵਾਰਦਾਤ ਵਾਪਰਨੀ ਸੀ ਉਸ ਦਾ ਮਾਸਟਰਮਾਈਂਡ ਵੀ ਹਰਵਿੰਦਰ ਰਿੰਦਾ ਹੈ ਕਿਉਂਕਿ ਪੁਲਿਸ ਨੇ ਦਾਅਵਾ ਕੀਤਾ ਸੀ ਪੁਲਿਸ ਦੇ ਮੁਤਾਬਿਕ ਕਿਹਾ ਜਾ ਰਿਹਾ ਸੀ ਕਿ ਜੋ 15 ਅਗਸਤ ਨੂੰ ਵਾਰਤਤ ਵਾਪਨੀ ਸੀ ਸਾਜ਼ਿਸ਼ ਜਿਹੜੀ ਆ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਾਣਾ ਸੀ ਉਸ ਦਾ ਜਿਹੜਾ ਆ ਮਾਸਟਰ ਮਾਈਂਡ ਵੀ ਰਿੰਦਾ ਐ ਤੇ ਹੁਣ ਜੜੀ ਰਿੰਦੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 10 ਲੱਖ ਦਾ ਜਿਹੜਾ ਇਨਾਮ ਰੱਖਿਆ ਗਿਆ ਹਾਲਾਂਕਿ ਕਈ ਮੋਬਾਈਲ ਨੰਬਰ ਵੀ ਜੜੇ ਆ ਜਾਰੀ ਕੀਤੇ ਗਏ ਜਿਨ੍ਹਾਂ ਨੰਬਰਾਂ ਤੇ ਅਗਰ ਰਿੰਦੇ ਬਾਰੇ ਕਿਸੇ ਦੇ ਵੱਲੋਂ ਵੀ ਸੂਚਨਾ ਦਿੱਤੀ ਜਾਵੇਗੀ ਤਾਂ ਕਿਹਾ ਗਿਆ ਕਿ ਉਸ ਦਾ ਨਾਮ ਜਿਹੜਾ ਗੁਪਤ ਰੱਖਿਆ ਜਾਵੇਗਾ ਸੋ ਤੁਹਾਨੂੰ ਦੱਸ ਦਈਏ ਕਿ 2018 ਦੇ ਵਿੱਚ ਵੀ ਚੰਡੀਗੜ੍ਹ ਪੁਲਿਸ ਇਤਨੇ ਪਜਾ ਹਜ਼ਾਰ ਦਾ ਜਿਹੜਾ ਇਨਾਮ ਰੱਖਿਆ ਗਿਆ ਸੀ ਕਿਉਂਕਿ 38 ਸੈਕਟਰ ਦੇ ਵਿੱਚ ਸਰਪੰਚ ਦਾ ਮਰਡਰ ਹੋਇਆ ਸੀ ਤੇ ਮਰਡਰ ਦੇ ਵਿੱਚ ਲਗਾਤਾਰ ਰਿੰਦੇ ਦਾ ਨਾਮ ਜਿਹੜਾ ਸਾਹਮਣੇ ਆ ਰਿਹਾ ਸੀ ਤੇ 2016 ਦੀ ਜੇ ਗੱਲ ਕਰੀਏ 2016 ਦੇ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਇਲੈਕਸ਼ਨ ਚੱਲ ਰਹੀਆਂ ਸੀ ਜਿਸ ਦੇ ਦੌਰਾਨ ਗੋਲੀਆਂ ਚਲਾਈਆਂ ਗਈਆਂ ਸੀ ਤੇ ਇਸ ਗੋਲੀਆਂ ਚਲਾਉਣ ਦੀ ਸਾਜ਼ਿਸ਼ ਤੇ ਵਿੱਚ ਵੀ ਰਿੰਦੇ ਦਾ ਨਾਮ ਜਿਹੜਾ ਸਾਹਮਣੇ ਆ ਰਿਹਾ ਸੀ ਤੇ ਪਰਮੇਸ਼ਰ ਵਰਮਾ ਤੇ ਵੀ ਗੋਲੀਆਂ ਜੜੀਆਂ ਚਲਾਈਆਂ ਗਈਆਂ ਸੀ ਉਸ ਤੇ ਵਿੱਚ ਵੀ ਜਿਹੜਾ ਲਗਾਤਾਰ ਰਿੰਦੇ ਦਾ ਨਾਮ ਸਾਹਮਣੇ ਆ ਰਿਹਾ ਸੀ ਤੇ ਦਿੰਦਾ ਲਗਾਤਾਰ ਪਾਕਿਸਤਾਨ ਦੇ ਵਿੱਚ ਬੈਠ ਕੇ ਵੱਡੀਆਂ ਵੱਡਾ ਦਾਤਾਂ ਨੂੰ ਅੰਜਾਮ ਦੇ ਰਿਹਾ ਇੱਥੋਂ ਤੱਕ ਪੰਜਾਬ ਦੇ ਵਿੱਚ ਜੋ ਗੈਂਗਸਟਰ ਆ ਉਹਨਾਂ ਤੱਕ ਵੀ ਜਿਹੜੀ ਆ ਰਿੰਦੇ ਦੇ ਵੱਲੋਂ ਲਗਾਤਾਰ ਮਦਦ ਪਹੁੰਚਾਈ ਜਾ ਰਹੀ ਹੈ ਇੱਥੋਂ ਤੱਕ ਪਾਕਿਸਤਾਨ ਤੋਂ ਨਸ਼ਾ ਤੇ ਹਥਿਆਰਾਂ ਦੀ ਸਪਲਾਈ ਵੀ ਕੀਤੀ ਜਾ ਰਹੀ ਹੈ ਐਸਓ ਐਨ ਆਈ ਐ ਨੇ ਐਲਾਨ ਕੀਤਾ ਕਿ ਅਗਰ ਕਿਸੇ ਦੇ ਵੱਲੋਂ ਵੀ ਰਿੰਦਾ ਬਾਰੇ ਸੂਚਨਾ ਦਿੱਤੀ ਜਾਵੇਗੀ ਤੇ ਉਸ ਨੂੰ 10 ਲੱਖ ਦਾ ਇਨਾਮ ਦਿੱਤਾ ਜਾਵੇਗਾ ਹਾਲਾਂਕਿ ਉਸ ਦਾ ਨਾਮ ਜਿਹੜਾ ਗੁਪਤ ਰੱਖਿਆ ਜਾਵੇਗਾ ਲਗਾਤਾਰ ਕਤਲकांड ਦੇ ਵਿੱਚ ਕਈ ਕਤਲ ਮਾਮਲਿਆਂ ਦੇ ਵਿੱਚ ਰਿੰਦਾ ਦਾ ਨਾਮ ਜਿਹੜਾ ਸ਼ਾਮਿਲ ਹੈ ਪਰ ਅਜੇ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਹੈ ਲਗਾਤਾਰ ਇਸ ਦੀ ਫੜਨ ਦੇ ਲਈ ਜਿਹੜੇ ਲਗਾਤਾਰ ਪੁਲਿਸ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਹੁਣ NIA ਦੇ ਵੱਲੋਂ ਜਿਹੜਾ ਇਲਾਨ ਕਰ ਦਿੱਤਾ ਗਿਆ ਕਿ ਅਗਰ ਕਿਸੇ ਦੇ ਵੱਲੋਂ ਵੀ ਰਿੰਦੇ ਦੀ ਖਬਰ ਦਿੱਤੀ ਗਈ ਤਾਂ ਉਸ ਨੂੰ 10 ਲੱਖ ਰੁਪਏ ਦਿੱਤਾ ਜਾਵੇਗਾ ਤੇ ਉਸ ਦਾ ਨਾਮ ਜਿਹੜਾ ਗੁਪਤ ਰੱਖਿਆ ਜਾਵੇਗਾ ਸੋ ਰਿੰਦੇ ਨੂੰ ਲੈ ਕੇ ਜਿਹੜੀ ਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਇਸ ਵਕਤ ਪਾਕਿਸਤਾਨ ਦੇ ਵਿੱਚ ਲੁਕਿਆ ਹੋਇਆ ਹੈ ਤੇ ਪਾਕਿਸਤਾਨ ਦੇ ਵਿੱਚ ਲੁਕ ਕੇ ਹੀ ਉਸ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਬੈਠੇ ਗੈਂਗਸਟਰਾਂ ਨੂੰ ਵੀ ਉਸ ਦੇ ਵੱਲੋਂ ਸ਼ਹਿਦ ਦਿੱਤੀ ਜਾ ਰਹੀ ਇੱਥੋਂ ਤੱਕ ਹਥਿਆਰਾਂ ਦੀ ਨਸ਼ੇ ਦੀ ਲਗਾਤਾਰ ਸਪਲਾਈ ਕੀਤੀ ਜਾ ਰਹੀ ਇਸ ਸਭ ਨੂੰ ਪਤਾ ਰਿੰਦੇ ਬਾਰੇ ਅਤਵਾਦੀ ਰਿੰਦਾ ਜਿਸ ਨੇ ਪਰਮੇਸ਼ ਬਰਮਾ ਦੇ ਉੱਤੇ ਜਿਹੜੀਆਂ ਗੋਲੀਆਂ ਚਲੀਆਂ ਗਈਆਂ ਚਲਾਈਆਂ ਗਈਆਂ ਸੀ ਉਸ ਦੇ ਵਿੱਚ ਵੀ ਲਗਾਤਾਰ ਰਿੰਦੇ ਦਾ ਨਾਮ ਜਿਹੜਾ ਸਾਹਮਣੇ ਆ ਰਿਹਾ ਸੀ ਹਾਲਾਂਕਿ ਲਗ ਲਗ ਰਾਜਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਜੋ ਪੰਜਾਬ ਦੇ ਵਿੱਚ ਪਹਿਲਾਂ ਕਿਹਾ ਗਿਆ ਕਿ ਜੋ ਸਾਜ਼ਿਸ਼ ਨੂੰ ਅੰਜਾਮ ਦੇਣਾ ਸੀ ਤੇ ਪੰਜਾਬ ਤੋਂ ਇਲਾਵਾ ਹੋਰ ਵੀ ਰਾਜਾਂ ਦੇ ਵਿੱਚ ਜੋ ਸਾਜ਼ਿਸ਼ ਨੂੰ ਅੰਜਾਮ ਦੇਣਾ ਸੀ ਉਸ ਦੇ ਵਿੱਚ ਵੀ ਲਗਾਤਾਰ ਰਿੰਦੇ ਦਾ ਨਾਮ ਸਾਹਮਣੇ ਆ ਰਿਹਾ ਸੀ ਤੇ ਹੁਣ ਰਿੰਦੇ ਨੂੰ ਫੜਨ ਦੇ ਲਈ ਵੱਡਾ ਜਿਹੜਾ ਜਾਲ ਵਿਛਾਇਆ ਜਾ ਰਿਹਾ ਹੈ ਰਿੰਦੇ ਨੂੰ ਫੜਨ ਦੇ ਲਈ 10 ਲੱਖ ਦਾ ਜਿਹੜਾ ਇਨਾਮ ਰੱਖਿਆ ਗਿਆ ਸੋ 10 ਲੱਖ ਇਨਾਮ ਰੱਖਣ ਦੇ ਲਈ ਜਿਹੜਾ ਨੰਬਰ ਕਈ ਜਿਹੜਿਆ ਜਾਰੀ ਕੀਤੇ ਗਏ ਨੰਬਰਾਂ ਤੇ ਫੋਨ ਕਰਨ ਦੇ ਲਈ ਅਪੀਲ ਕੀਤੀ ਗਈ ਕਿ ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਅਗਰ ਤੁਹਾਨੂੰ ਰਿੰਦੇ ਬਾਰੇ ਕੋਈ ਵੀ ਜਾਣਕਾਰੀ ਹੈ ਕੋਈ ਵੀ ਰਿੰਦੇ ਦੀ ਬਾਰੇ ਕੋਈ ਹਲਚਲ ਹੈ ਤੇ ਇਹਨਾਂ ਨੰਬਰਾਂ ਦੇ ਉੱਤੇ ਜਿਹੜਾ ਸੰਪਰਕ ਕਰਕੇ ਉਹਨਾਂ ਨੂੰ ਜਾਣ ਕਰ ਦਿੱਤੀ ਜਾਵੇ ਸੋ ਚੰਡੀ ਚੰਡੀਗੜ੍ਹ ਪੁਲਿਸ ਤੋਂ ਬਾਅਦ ਹੁਣ NIA ਦੇ ਵੱਲੋਂ ਜਿਹੜਾ ਇਨਾਮ ਰੱਖਿਆ ਗਿਆ 10 ਲੱਖ ਦਾ ਇਨਾਮ ਰੱਖਿਆ ਗਿਆ ਚੰਡੀਗੜ੍ਹ ਪੁਲਿਸ ਦੇ ਵੱਲੋਂ ਪਹਿਲਾਂ 50 ਹਜ਼ਾਰ ਦਾ ਇਨਾਮ ਰੱਖਿਆ ਜਾਂਦਾ ਤੇ ਹੁਣ NIA ਦੇ ਵੱਲੋਂ ਜਿਹੜਾ 10 ਲੱਖ ਦਾ ਇਨਾਮ ਰੱਖਿਆ ਗਿਆ